ਗੁਰੂ ਰੂਪਿਆਰੀ ਸਾਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਂ ਹੀ ਰਾਗ ਅਤੇ ਵਹਿਰਾਗ ਦਾ ਵਿਸਥਾਰ ਦਰਸਾਇਆ ਹੈ ਇੱਕ ਮਹਾਂਦੇਵ ਗਿਰਜੀ ਸਨ ਜਿਨ੍ਹਾਂ ਨੇ ਵਹਿਰਾਗ ਦਾ ਤਾਰਿਆ ਆਪਣੇ ਮਨ ਨੂੰ ਮਾਰ ਕਰ ਤੇ ਹੁਣ ਕਿਸੇ ਪਾਸੇ ਦਾ ਰਾਗ ਉਸ ਦੇ ਮਨ ਬੁੱਧ ਨੂੰ ਨਿਵਾ ਨਹੀਂ ਸੀ ਸਕਦਾ ਉਸ ਕੀ ਟਾਣੀ ਵਾਂਗੂ ਪੱਕ ਗਿਆ ਸੀ ਮਨ ਵਿੱਚ ਲਚਕਦਾਰ ਤੇ ਜੀਵ ਦੀ ਆ ਪਕੜਤਾ ਨਹੀਂ ਸੀ ਪਰ ਜਿੰਦਹੀਨਤਾ ਵਾਲੀ ਉਦਾਸੀ ਦਾ ਅਕੜੇਵਾ ਜਿਆ ਸੀ ਸੂ ਸਤਗੁਰਾਂ ਨੇ ਉਸ ਅਕੜੇਵੇਂ ਵਿੱਚੋਂ ਉਸ ਨੂੰ ਕੱਢ ਕੇ ਰਸ ਵਾਲੇ ਪਾਸੇ ਟੋਰਿਆ ਆਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਰਾਗ ਤੇ ਵੈਰਾਗ ਹਿੰਦੂਆਂ ਨੇ ਜਤਬੋਧ ਮੱਦੀ ਹਿੰਦੁਸਤਾਨ ਵਿੱਚ ਉਸ ਸਮਾਪਤੀ ਕਰ ਦਿੱਤੀ ਤਾਂ ਬੁੱਧ ਗਿਆ ਯਾਨੀ ਬੋਧੀ ਅਸਥਾਨ ਵੀ ਸਾਮਲਿਆ ਸੀ ਇੱਥੇ ਬੁੱਧ ਜੀ ਨੇ ਤਪ ਤਪੇ ਅਤੇ ਉਹਨਾਂ ਨੂੰ ਆਪਣੇ ਗਿਆਨ ਦਾ ਅਨੁਭਵ ਹੋਇਆ ਸੀ ਕਿਉਂਕਿ ਹਿੰਦੂ ਬੁੱਧ ਜੀ ਨੂੰ ਅਵਤਾਰ ਵੀ ਮੰਨਦੇ ਸਨ ਇਸ ਕਰਕੇ ਇਹ ਸਥਾਨ ਵੀ ਉਹਨਾਂ ਨੇ ਆਪਣੇ ਅਧਿਕਾਰ ਵਿੱਚ ਕਰ ਲਿਆ ਸੀ ਮਹਾਂਤ ਦੇਵਗਿਰ ਬਹੁਤ ਸਾਰੇ ਆਪਣੇ ਛੋਟੇ ਮੰਦਰਾਂ ਦੇ ਮਹਾਂਤਾਂ ਦਾ ਵੱਡਾ ਮਹਾਂਤ ਅਤੇ ਮਾਨੀਨੇ ਪੁਰਖ ਸੀ ਪਰ ਸੀ ਸੱਚ ਦਾ ਖੋਜੀ ਤੇ ਵਿਦਵਾਨ ਵਿਦਿਆ ਨੇ ਇਸ ਦੇ ਮਨ ਨੂੰ ਜਾਣਨਹਾਰ ਤਾਂ ਬਣਾ ਦਿੱਤਾ ਹੋਇਆ ਸੀ ਤੇ ਉਹ ਵੈਰਾਗ ਵੀ ਸੀ ਪਰ ਉਹ ਰਾਗ ਨੂੰ ਵੈਰਾਗ ਵਿੱਚ ਪਲੜਦਾ ਪਲੜਦਾ ਇੰਜ ਹੋ ਗਿਆ ਸੀ ਜਿਵੇਂ ਬਰਖ ਦੀ ਡਾਲੀ ਪੱਕੀ ਹੁੰਦੀ ਹੁੰਦੀ ਸੁੱਕ ਜਾਏ ਤਾਂ ਮੂਲੋ ਅਚੁੱਕ ਤੇ ਪੱਕੀ ਹੋ ਜਾਂਦੀ ਹੈ ਪਰ ਉਹਦੀ ਇਸ ਪੱਕਿਆਈ ਤੇ ਕਰੜਾਈ ਵਿੱਚ ਉਸ ਵਿੱਚ ਲਚਕ ਨਹੀਂ ਰਹਿੰਦੀ ਇਹ ਲਚਕ ਇਸ ਵਾਸਤੇ ਨਹੀਂ ਰਹਿੰਦੀ ਕਿ ਉਸ ਵਿੱਚ ਜਿੰਦ ਕਣੀ ਨਹੀਂ ਰਹਿੰਦੀ ਜੀਵ ਦੀ ਟੇਣੀ ਵਿੱਚ ਪੱਕਿਆਈ ਤੇ ਲਚਕ ਦੋਏ ਹੁੰਦੀਆਂ ਹਨ ਜੀਵਨ ਮਰਨ ਦੀ ਜਦਗਲ ਬਾਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਝਾਈ ਤਾਂ ਉਸ ਦੀ ਸੋਝੀ ਵਿੱਚ ਜੀਵਨ ਦਾ ਰੂਮਕਾ ਫਿਰ ਆਫਰੇ ਸਤਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਰਾਗ ਯਾਨੀ ਪਿਆਰ ਮਾੜਾ ਹੈ ਮਾੜੇ ਕਰਮਾਂ ਦਾ ਰਾਗ ਦੁਖਦਾਈ ਹੋ ਜਾਂਦਾ ਹੈ ਨਾਸ਼ਵੰਤ ਪਦਾਰਥਾਂ ਦਾ ਪਰ ਅਵਨਾਸ਼ੀ ਤੇ ਪ੍ਰੇਅ ਸਰੂਪ ਵਾਲੇ ਰਾਗ ਯਾਨੀ ਪ੍ਰੇਮ ਮਾੜਾ ਨਹੀਂ ਕਿਉਂਕਿ ਉਸ ਦੇ ਰਾਗ ਨਾਲ ਪਵਿੱਤਰ ਹੋਈਦਾ ਹੈ ਉਸ ਦਾ ਰਾਗ ਦੁਖਦਾਈ ਨਹੀਂ ਕਿਉਂਕਿ ਉਹ ਸਦਾ ਥਿਰ ਹੈ ਕਦੇ ਨਾਸ਼ ਨੂੰ ਪ੍ਰਾਪਤ ਨਹੀਂ ਹੁੰਦਾ ਇਸ ਕਰਕੇ ਉਸ ਨਾਲ ਕੀਤੇ ਰਾਗ ਦਾ ਅੰਤ ਦੁੱਖ ਨਹੀਂ ਹੋ ਸਕਦਾ ਫਿਰ ਉਹ ਅਨੰਤ ਸਰੂਪ ਹੈ ਉਸ ਦਾ ਰਾਗ ਸੁਖ ਤੇ ਆਨੰਦ ਦਾਤਾ ਹੈ ਫਿਰ ਜਿਸ ਵੈਰਾਗ ਨੂੰ ਧਾਰਨ ਕਰਨ ਖਾਤਰ ਅਸਾਂ ਆਪਣੇ ਮਨ ਨੂੰ ਕੋਹਣਾ ਹੈ ਇੰਦਰੀਆਂ ਨੂੰ ਮਾਰਨਾ ਤੇ ਸੰਸਾਰ ਤੇ ਇਸ ਦੀ ਰਚਨਾ ਨੂੰ ਮਾਰਿਆ ਸਮਝਣਾ ਹੈ ਉਹ ਵੈਰਾਗ ਅਬਨਾਸ਼ੀ ਨਾਲ ਰਾਗ ਕੀਤੇਆਂ ਸਹਿਜ ਸੁਭਾਵ ਪ੍ਰਾਪਤ ਹੋ ਜਾਂਦਾ ਹੈ ਤੇ ਉਸ ਦਾ ਅਸਰ ਇਨਸਾਨ ਦੀਆਂ ਤਾਕਤਾਂ ਨੂੰ ਕੋਹਣ ਵਾਲਾ ਨਹੀਂ ਪੈਂਦਾ ਇਨਸਾਨ ਨਿਹਰਾ ਬੁੱਧੀ ਨਹੀਂ ਇਸ ਦੇ ਅਸਲੇ ਵਿੱਚ ਭਾਵ ਯਾਨੀ ਪ੍ਰੇਮ ਵੀ ਹੈ ਜਿਵੇਂ ਤੁਸੀਂ ਵੈਰਾਗ ਧਾਰਿਆ ਹੈ ਅਰਥਾਤ ਮਨ ਨੂੰ ਮਾਰ ਕੱਤਿਆ ਹੈ ਹੁਣ ਕਿਸੇ ਪਾਸੇ ਦਾ ਰਾਗ ਤੁਹਾਡੇ ਪੱਕ ਗਏ ਮਨ ਬੁੱਧੀ ਨੂੰ ਨਿਵਾ ਨਹੀਂ ਸਕਦਾ ਉਸ ਕੀ ਟੈਣੀ ਵਾਂਗੂ ਪੱਕਾ ਹੋ ਗਿਆ ਹੈ ਪਰ ਇਸ ਨਾਲ ਕਾਰਜ ਸਿੱਧੀ ਨਹੀਂ ਹੁੰਦੀ ਤਦੇ ਮਨ ਵਿੱਚ ਲਚਕਦਾਰ ਤੇ ਜੀਉਣ ਦੀ ਅਪਕੜਤਾ ਨਹੀਂ ਪਰ ਜਿੰਦਹੀਨਤਾ ਵਾਲੀ ਉਦਾਸੀ ਦਾ ਅਕਣੇਵਾ ਜਿਆ ਹੈ ਦੇਵਗਿਰੀ ਲਈ ਇਹ ਨਵਾਂ ਸਬਕ ਸੀ ਉਹ ਸਾਰੇ ਅੰਦਰਲੇ ਭਾਵਾਂ ਨੂੰ ਮਾਰ ਕੇ ਗਿਆਨਵਾਨ ਹੋਣ ਨੂੰ ਸੰन्यास ਤੇ ਸਾਰੇ ਇੰਦਰੀਆਂ ਤੇ ਮਨ ਆਦੀ ਨੂੰ ਕੋ ਕੇ ਇਕਾਗਰ ਹੋਣੇ ਨੂੰ ਯੋਗ ਜਾਣਦਾ ਸੀ ਸਤਿਗੁਰੂ ਨੂੰ ਪੁੱਛਣ ਲੱਗਾ ਕਿ ਫਿਰ ਕੀ ਜੀਓ ਇੰਦ੍ਰੇ ਦਮਨ ਨਹੀਂ ਕਰਨੇ ਮਨ ਨੂੰ ਨਹੀਂ ਮਾਰਨ ਸਤਿਗੁਰੂ ਨੇ ਸਮਝਾਇਆ ਕਿ ਭਾਈ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕਣਾ ਹੈ ਮਨ ਨੂੰ ਨੀਮੀਆ ਖਿਆਲਾਂ ਵਿੱਚ ਨਹੀਂ ਜਾਣ ਦੇਣਾ ਸਭ អਵਗੁਣ ਤਿਆਗਣੇ ਅਤੇ ਸ਼ੁਭਗੁਣ ਧਾਰਨੇ ਹਨ ਪਰ ਇੱਕ ਪਤੀ ਪਰਮੇਸ਼ਰ ਦਾ ਮਨ ਵਿੱਚ ਤਰਵਾ ਬਣ ਕੇ ਉਸ ਨਾਲ ਪ੍ਰੇਮ ਕਰਨਾ ਹੈ ਪਰਯੋਜਨ ਬੁੱਧੀ ਨੂੰ ਨਿਰਮਲ ਕਰਨੇ ਦਾ ਹੈ ਬੁੱਧੀ ਦੀ ਨਿਰਮਲਤਾ ਲਈ ਵੈਰਾਗ ਵਿਵੇਕ ਵਰਤਣੇ ਹਨ ਮਨ ਨੂੰ ਇਸ ਨਿਰਮਲ ਬੁੱਧੀ ਦਾ ਚਿਰਾਗ ਰੋਸ਼ਨ ਕਰਕੇ ਇਸ ਦੇ ਕੁੰਡੇ ਢ ਮਨ ਨੂੰ ਤੋੜਨਾ ਹੈ ਐਸੇ ਪਰਬੁੱਧ ਹੋਏ ਮਨ ਦੇ ਵਸ ਵਿੱਚ ਇੰਦਰੀਆਂ ਨੂੰ ਟੋਰਨਾ ਹੈ ਪਰ ਅੰਦਰ ਜੋ ਸਾਡੇ ਆਤਮਾ ਵਿੱਚ ਪ੍ਰੀਅ ਸਰੂਪਤਾ ਦੀ ਅੰਸ਼ ਹੈ ਪ੍ਰੇਮ ਹੈ ਉਸ ਨੂੰ ਵੀ ਵਰਤਣਾ ਹੈ ਉਸ ਨੂੰ ਮਾਰਨਾ ਨਹੀਂ ਉਸ ਨਾਲ ਮਨ ਦੇ ਰੁਖ ਨੂੰ ਉੱਪਰਲੇ ਪਾਸੇ ਵੱਲ ਲੱਗੇ ਰਹਿਣ ਵਾਲਾ ਬਣਾਉਣਾ ਹੈ ਤੇ ਬੁੱਧੀ ਦਾ ਅਲੰਭ ਲੱਭ ਕੇ ਉਸ ਨੂੰ ਜਫਾ ਮਾਰਨਾ ਹੈ ਬੁੱਧੀ ਨੇ ਜਦ ਨਿਸ਼ਚੇ ਕਰ ਲਿਆ ਕਿ ਜਗਤ ਦਾ ਮੂਲ ਮਾਲਕ ਪਾਲਕ ਇੱਕ ਅਕਾਲ ਪੁਰਖ ਹੈ ਤਾਂ ਹੁਣ ਉਸ ਦਾ ਆਲੰਭ ਇਹ ਏਕੰਕਾਰ ਹੈ ਅਰਥਾਤ ਅਕਾਲ ਪੁਰਖ ਹੈ ਜਦੋਂ ਮਨ ਬੁੱਧੀ ਵਾਹਿਗੁਰੂ ਵਿੱਚ ਰਾਗ ਕਰਕੇ ਅਰਥਾਤ ਉਸ ਨੂੰ ਆਪਣਾ ਆਲੰਭ ਬਣਾ ਕੇ ਉਸ ਨਾਲ ਲਗਾਤਾਰੀ ਲਗਾਓ ਪਾ ਲੈਣਗੇ ਤਾਂ ਉਹਨਾਂ ਵਿੱਚ ਵਾਹਿਗੁਰੂ ਤੇ ਵਾਹਿਗੁਰੂ ਵਿੱਚ ਉਹ ਵਸਣਗੇ ਫਿਰ ਸਾਡਾ ਆਪਾ ਜੀਵਤ ਆਪਾ ਹੋਵੇਗਾ ਤੇ ਜੀਵਨ ਮੁਕਤੀ ਦੇ ਸੁਖ ਪਾਏਗਾ ਇਸ ਤਰ੍ਹਾਂ ਸਾਰਾ ਆਪਾ ਆਪਣੇ ਸਾਰੇ ਤਾਣ ਨਾਲ ਜਦ ਸਦਾ ਲਗਾ ਰਹੇਗਾ ਇੱਕ ਵਿੱਚ ਤਾਂ ਇੱਕ ਵਿੱਚ ਸਮਾਇਆ ਸਫਲ ਤੇ ਸੁਰਜੀਤ ਗਿਆਨ ਵਾਲਾ ਰਹੇਗਾ ਇਹ ਆਪਾ ਇਹ ਆਤਮਾ ਸ਼ੁੱਧ ਆਤਮਾ ਹੈ ਤੇ ਇਹ ਕਾਰ ਸਿਰੇ ਚੜਦੀ ਹੈ ਗੁਰ ਸ਼ਬਦ ਦੀ ਕਮਾਈ ਨਾਲ ਫਿਰ ਇਹ ਸਾਰਾ ਕੁਝ ਸਹਜ ਨਾਲ ਪ੍ਰਾਪਤ ਕਰਨਾ ਹੈ ਸਹੰਦੇ ਸਹੰਦੇ ਹੱਠ ਮਨ ਤੇ ਕੁੰਡਾ ਤੇ ਆਪਾ ਨਿਵਾਰਨ ਦੇ ਸਾਰੇ ਦੇ ਸਾਰੇ ਕੰਮ ਕਰਨੇ ਹਨ ਪਰ ਅੰਦਰ ਟੇਕ ਸਾਈਂ ਦੀ ਧਾਰ ਕੇ ਤੇ ਉਸ ਦੇ ਸਿਮਰਨ ਦੇ ਆਸਰੇ ਜਦੋਂ ਅੰਦਰ ਠੰਡ ਵਰਤਣੀ ਹੈ ਤਾਂ ਸਹਜ ਦਾ ਭਾ ਆ ਜਾਣਾ ਹੈ ਸਹਜ ਆਨੰਦ ਨੇ ਅੰਦਰ ਟਿਕ ਜਾਣਾ ਹੈ ਇਹ ਕਹਿ ਕੇ ਸ੍ਰੀ ਗੁਰੂ ਬਾਬਾ ਜੀ ਦੇ ਨੈਣ ਜੁੜ ਗਏ ਤੇ ਆਪ ਦੇ ਜੁੜਦੇ ਜਾਂਦੇ ਨੈਣਾ ਦੇ ਨਾਲ ਹਰਣੀ ਹੋਵਾ ਪਦ ਨਿਕਲਿਆ ਮਰਦਾਨੇ ਨੇ ਰਮਸ ਸਮਝ ਲਈ ਤੇ ਗੌੜੀ ਬੈਰਾਗਣ ਦੇ ਵੈਰਾਗ ਮਈ ਪਰ ਰਸ ਪਰੇ ਸੰਗੀਤ ਵਿੱਚ ਰਬਾਬ ਦੀਆਂ ਮਿੱਠੀਆਂ ਸੁਰਾਂ ਨਾਲ ਗਾਵੇਂ ਆ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਣੀ ਹੋਵਾ ਬਨ ਵਸਾਂ ਕੰਧ ਮੂਲ ਚੁਣ ਖਾਓ गुर प्रसादी मेरा शव मिले वार वार हऊँ जाऊं जियो मैं बनजारन राम की तेरा नाम वखर व्यापार जी रहाओ कोकिल होवं अंब बसा सहज शब्द बिचार सहज सुभाए मेरा शव मिले दर्शन रूप अपार मछली होवं जल बसा जी जन सबसार उर्वार पार मेरा शव है हो मिलोंगी बहं पसार ਨਾਗਨ ਹੋਵਾ ਤਰ ਵਸਾ ਸ਼ਬਦ ਵਸੇ ਪਾਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਦੇਵਗਿਰ ਨੂੰ ਸੋਝੀ ਆ ਗਈ ਹੁਣ ਉਸ ਦੀ ਬਿਰਤੀ ਵਿੱਚ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੋ ਗਿਆ ਅੱਠ ਪਹਿਰ ਇੱਕ ਲਿਵ ਦਾ ਰੌਂਡ ਟੁਰ ਪਿਆ ਅੱਗੇ ਤਾਂ ਆਪਣੇ ਖਿਆਲ ਵਿੱਚ ਗਿਆਨਵਾਨ ਸੀ ਪਰ ਗਿਆਨ ਹੋ ਕੇ ਵੀ ਫੁਰਨਿਆਂ ਵਿੱਚ ਰਹਿੰਦਾ ਸੀ ਕਥਾ ਵਾਰਤਾ ਚਰਚਾ ਵਿਚਾਰ ਸੰਥਿਆ ਆਦ ਵੇਲੇ ਬ੍ਰह्म ਦੇ ਸੰਕਲਪ ਮਾਤਰ ਲੰਘਦੇ ਸਨ ਪਰ ਹੁਣ ਸਾਈਂ ਦੀ ਹੋਂਦ ਇੱਕ ਰਸਮੇ ਯਾਦ ਲਗਾਤਾਰੀ ਰੌ ਹੋ ਕੇ ਅੰਦਰ ਵਸ ਗਈ ਮਨ ਜੋ ਫੁਰਨਿਆਂ ਵਿੱਚ ਖਿੰਡਦਾ ਤੇ ਨਿਤਾਣਾ ਹੁੰਦਾ ਸੀ ਇੱਕ ਨੂੰ ਝੇਟ ਕੇ ਤਾਣ ਤੇ ਸੁਖ ਵਿੱਚ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ